ਸਤਿ ਸ਼੍ਰੀ ਅਕਾਲ ਸਟੂਡੈਂਟਸ, ਲਾਸਟ ਟਾਈਮ ਆਪਾਂ ਡਾਇਨਮੋਮੀਟਰ ਟਾਈਪ ਪਾਵਰ ਫੈਕਟਰ ਮੀਟਰ ਨੂੰ ਸਟੱਡੀ ਕੀਤਾ ਸੀ, ਜਿਹਦੀ ਆਪਾਂ ਕੰਸਟਰਕਸ਼ਨ ਅਤੇ ਵਰਕਿੰਗ ਜਿਹੜੀ ਸੀ ਅਤੇ ਤਿੰਨ ਕੰਡੀਸ਼ਨਸ ਜਿਨ੍ਹਾਂ 'ਚ ਵਰਕ ਕਰਦਾ ਉਹ ਆਪਾਂ ਸਟੱਡੀ ਕਰ ਲਈਆਂ ਸੀ। ਅੱਜ ਆਪਾਂ ਇੱਕ ਬਹੁਤ ਇੰਪੋਰਟੈਂਟ ਜਿਹੜਾ ਟੋਪਿਕ ਆ ਉਹ ਸਟੱਡੀ ਕਰਨਾ, ਉਹ ਹੈ ਇੰਸਟਰੂਮੈਂਟਲ ਟ੍ਰਾਂਸਫਾਰਮਰ। ਇਹਨੂੰ ਬਹੁਤ ਚੰਗੀ ਤਰ੍ਹਾਂ ਤੁਸੀਂ ਸਟੱਡੀ ਕਰਨਾ, ਬਿਕੋਜ਼ ਅੱਗੇ ਤੁਹਾਡੇ ਅਗਲੇ ਜਿਹੜੇ ਫਿਫਥ ਅਤੇ ਸਿਕਸਥ ਸਮੈਸਟਰ ਜਿਹੜੇ ਤੁਹਾਡੇ ਆਉਣੇ ਆ ਉਹਦੇ ਵਿੱਚ ਇਹ ਜਿਹੜੇ ਇੰਸਟਰੂਮੈਂਟਲ ਟ੍ਰਾਂਸਫਾਰਮਰ ਆ ਨਾ, ਇਹ ਤੁਹਾਨੂੰ ਹਰ ਸਮੈਸਟਰ ਦੇ ਵਿੱਚ ਇੱਕ ਜਾਂ ਦੋ ਸਬਜੈਕਟ ਦੇ ਵਿੱਚ ਦੇਖਣ ਨੂੰ ਮਿਲ ਜਾਣਾ, ਅਤੇ ਐਗਜ਼ਾਮ ਦੇ ਵਿੱਚ ਵੀ ਬਹੁਤ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਇੰਪੋਰਟੈਂਟ ਆ। ਅਤੇ ਤੁਹਾਨੂੰ ਇਹਦੇ ਬਾਰੇ ਜਿਹੜੀ ਹਰ ਬੇਸਿਕ ਨੌਲੇਜ ਜਿਹੜੀ ਆ ਹੋਣੀ ਚਾਹੀਦੀ ਆ, ਬਿਕੋਜ਼ ਇਹ ਇੰਪੋਰਟੈਂਟ ਚੀਜ਼ ਆ, ਪ੍ਰੈਕਟੀਕਲੀ ਵੀ ਅਤੇ ਥਰੈਟੀਕਲੀ ਵੀ ਇੰਪੋਰਟੈਂਟ ਆ ਇਹ। ਤੁਹਾਨੂੰ ਆਪਣੀ ਰੀਅਲ ਲਾਈਫ ਦੇ ਵਿੱਚ ਜੇ ਤੁਸੀਂ ਕਾਹਨੂੰ ਸਬਸਟੀਊਸ਼ਨ 'ਤੇ ਜਾਂਦੇ ਆ ਉੱਥੇ ਵੀ ਇਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਜਿਹੜੀਆਂ ਮਿਲ ਜਾਣੀਆਂ ਆਰਾਮ ਦੇ ਨਾਲ। ਬਾਕੀ ਤੁਹਾਨੂੰ ਕਾਫੀ ਆਪਣੇ ਸਿਲੇਬਸ ਦੇ ਵਿੱਚ ਵੀ ਇਹ ਚੀਜ਼ਾਂ ਹਰ ਜਿੱਦਾਂ ਪਾਵਰ 1 ਦੇ ਵਿੱਚ ਵੀ ਹੈ, ਪਾਵਰ 2 ਦੇ ਵਿੱਚ ਵੀ ਹੈ, ਦੈਨ ਐਸਟੀਮੇਟਿੰਗ ਕੋਸਟਿੰਗ ਤੁਹਾਨੂੰ ਆਊਗਾ ਸਬਜੈਕਟ ਉਹਦੇ ਵਿੱਚ ਵੀ ਹੈ। ਸੋ ਹਰ ਸਬਜੈਕਟ ਦੇ ਵਿੱਚ ਕੀ ਹੈ ਇਹ ਟੋਪਿਕ ਜ਼ਰੂਰ ਆਉਂਦਾ ਹੁੰਦਾ। ਸੋ ਇੰਸਟਰੂਮੈਂਟਲ ਟ੍ਰਾਂਸਫਾਰਮਰ, ਉਹ ਟ੍ਰਾਂਸਫਾਰਮਰ ਜਿਹੜਾ ਆਪਣੇ ਇੰਸਟਰੂਮੈਂਟਸ ਦੀ ਰੇਂਜ ਵਧਾਉਂਦਾ, ਠੀਕ ਆ। ਸੋ ਉਹਨੂੰ ਆਪਾਂ ਇੰਸਟਰੂਮੈਂਟਲ ਟ੍ਰਾਂਸਫਾਰਮਰ ਕਹਿੰਦੇ ਆ। ਸੋ ਸਪੈਸ਼ਲੀ ਕੰਸਟਰਕਟਡ ਟ੍ਰਾਂਸਫਾਰਮਰ ਹੁੰਦੇ ਆ ਇਹ, ਜਿਹੜੇ ਕੀ ਕਰਦੇ ਆ ਮੇਅਰਮੈਂਟ ਕਰਨ ਦੇ ਵਿੱਚ ਹੈਲਪ ਕਰਦੇ ਆ। ਹੁਣ ਦੇਖੋ ਐਕਚੁਅਲ ਦੇ ਵਿੱਚ ਕੀ ਆ, ਜੇ ਮੈਂ ਆਪਣੇ ਸਬਸਟੇਸ਼ਨ ਦੀ ਗੱਲ ਕਰਾਂ, ਸਬਸਟੇਸ਼ਨ ਦੇ ਉੱਪਰ ਮੈਂ ਇੱਕ ਕਰੰਟ ਨੂੰ ਮੇਅਰ ਕਰਨਾ ਮੰਨ ਲਓ, ਜਾਂ ਫਿਰ ਮੈਂ ਉੱਥੇ ਮੰਨ ਲਓ ਵੋਲਟੇਜ ਨੂੰ ਮੇਅਰ ਕਰਨਾ। ਹੁਣ ਦੇਖੋ 11000 ਵੋਲਟ ਆ, ਮੰਨ ਲਓ 11 KV ਦਾ ਹੀ ਮੇਰੇ ਕੋਲ, 66 KV ਦਾ ਸਬਸਟੇਸ਼ਨ ਆ, ਅਤੇ ਮੈਂ 66 KV ਨੂੰ ਮੇਅਰ ਕਰਨਾ। ਹੁਣ ਇਹ ਤਾਂ ਹੈ ਨਹੀਂ ਵੀ ਮਾਰਕੀਟ 'ਚੋਂ ਮੈਂ ਮੀਟਰ ਖਰੀਦਿਆ 66 KV ਦਾ ਤਾਂ ਲਾਤਾ ਤਾਂ ਉਹਨੇ ਮੇਅਰ ਕਰ ਦੇਣਾ, ਨੋ। 66 KV ਮੇਅਰ ਕਰਨਾ ਕੋਈ ਖੇਡ ਨਹੀਂ ਹੁੰਦੀ, ਬਹੁਤ ਜ਼ਿਆਦਾ 66 ਵੋਲਟ ਹੁੰਦੇ ਆ। ਸੋ ਉਹਨੂੰ ਮੇਅਰ ਕਰਨਾ ਆਪਾਂ ਮੀਟਰ ਉਸ, ਜੇ ਡਾਇਰੈਕਟ ਆਪਾਂ ਮੇਅਰ ਕਰਨਾ ਤਾਂ ਆਪਣੇ ਮੀਟਰ ਦਾ ਸਾਈਜ਼ ਬਹੁਤ ਵੱਧ ਜਾਣਾ, ਜਿਹਦੇ ਕਰਕੇ ਕੋਸਟ ਬੜੀ ਇਨਕਰੀਜ਼ ਹੋਣੀ ਆ। ਅਤੇ ਥਿਓਰੈਟੀਕਲੀ ਪੋਸੀਬਿਲਿਟੀ ਵੀ ਹੈ ਨਹੀਂ ਕਿ ਇੰਨੀ ਕਿ ਤੁਸੀਂ ਇੰਨਾ ਵੱਡਾ ਮੀਟਰ ਜਾਂ ਇੰਨੀ ਜ਼ਿਆਦਾ ਵੋਲਟੇਜ ਨੂੰ ਹੈਂਡਲ ਕਰਨ ਵਾਲਾ ਮੀਟਰ ਬਣਾ ਸਕੋ। ਸੋ ਉੱਥੇ ਆਪਾਂ ਕੀ ਕਰਦੇ ਹਾਂ, ਉੱਥੇ ਆਪਾਂ ਇੰਸਟਰੂਮੈਂਟਲ ਟ੍ਰਾਂਸਫਾਰਮਰ ਯੂਜ਼ ਕਰਦੇ ਹਾਂ। ਇੰਸਟਰੂਮੈਂਟਲ ਟ੍ਰਾਂਸਫਾਰਮਰ ਨਾਲ ਕੀ ਆ, ਆਪਾਂ ਜਿੱਦਾਂ ਮੰਨ ਲਓ ਆਪਣੀ ਵੋਲਟੇਜ ਬੜੀ ਜ਼ਿਆਦਾ ਆ, ਸੋ ਆਪਾਂ ਟ੍ਰਾਂਸਫਾਰਮਰ ਲਾ ਕੇ ਉੱਥੇ ਸਟੈਪ ਡਾਊਨ ਤੁਹਾਨੂੰ ਕਰ ਸਕਦੇ ਹਾਂ ਨਾ। ਮੰਨ ਲਓ 11 KV ਹੀ ਆਪਾਂ ਮੇਅਰ ਕਰਨੀ ਆ, ਅਤੇ ਆਪਾਂ ਕੀ ਕਰ ਸਕਦੇ ਹਾਂ, ਉੱਥੇ ਟ੍ਰਾਂਸਫਾਰਮਰ ਲਾ ਕੇ ਜਿਹੜੀ 11 KV ਆ ਉਹਦੀ ਰੇਂਜ ਨੂੰ ਤਾਂ ਘਟਾ ਸਕਦੇ ਹਾਂ ਨਾ, ਵੋਲਟੇਜ ਘਟਾ ਸਕਦੇ ਹਾਂ। ਸੋ ਉਹੀ ਕੰਮ ਇੱਥੇ ਕਰਦੇ ਹਾਂ, ਆਪਾਂ ਕੀ ਕਰਦੇ ਹਾਂ, ਜੇ ਮੰਨ ਲਓ ਵੋਲਟੇਜ ਜ਼ਿਆਦਾ ਮੇਅਰ ਕਰਨੀ ਆ, ਠੀਕ ਆ, ਮੀਟਰ ਆਪਣੇ ਕੋਲ ਛੋਟਾ, ਤਾਂ ਆਪਾਂ ਕੀ ਕਰਦੇ ਹਾਂ ਉੱਥੇ ਪੋਟੈਂਸ਼ੀਅਲ ਟ੍ਰਾਂਸਫਾਰਮਰ ਲਾ ਕੇ ਅਤੇ ਵੋਲਟੇਜ ਨੂੰ ਕੀ ਕਰਦੇ ਹਾਂ, ਸਟੈਪ ਡਾਊਨ ਕਰ ਲੈਣਾ। ਜਿਹੜੀ ਸਟੈਪ ਡਾਊਨ ਹੋਈ ਆ ਵੋਲਟੇਜ, ਅਤੇ ਉਹਨੂੰ ਆਪਾਂ ਮੰਨ ਲਓ 100 ਵੋਲਟ ਹੋਈ ਆ, ਉਹਨੂੰ ਆਪਾਂ ਮੀਟਰ ਨੂੰ ਦੇ ਦੇਣਾ, ਅਤੇ ਮੀਟਰ ਨੂੰ ਆਪਾਂ ਅੱਗੇ ਕੈਲੀਬਰੇਟ ਕੀਤਾ ਹੋਇਆ ਉਸ ਹਿਸਾਬ ਨਾਲ ਕਿ ਜੇ ਆਪਣੇ ਕੋਲ 10 ਵੋਲਟ ਆਏ ਆ ਤਾਂ 1000 ਆਪਣੇ ਕੋਲ KV, ਯਾਨੀ ਕਿ A1 KV ਆ ਵੋਲਟੇਜ। ਜੇ 200 ਆਏ ਆ, ਸੋਰੀ, ਜੇ 20 ਵੋਲਟ ਆਏ ਆ ਤਾਂ 2 KV ਆ, 30 ਵੋਲਟ ਆਏ, 3 KV, ਇੱਦਾਂ ਆਪਾਂ ਕੈਲੀਬਰੇਟ ਕੀਤਾ ਹੁੰਦਾ ਉਹਦੇ ਸਕੇਲ ਨੂੰ, ਠੀਕ ਆ। ਇੱਦਾਂ ਜੇ ਆਪਾਂ ਮੰਨ ਲਓ ਬਹੁਤ ਜ਼ਿਆਦਾ ਕਰੰਟ ਨੂੰ ਮੇਅਰ ਕਰਨਾ, ਤਾਂ ਉੱਥੇ ਆਪਾਂ ਕੀ ਕਰਦੇ ਹਾਂ, CT ਯੂਜ਼ ਕਰ ਲੈਂਦੇ ਹਾਂ, ਠੀਕ ਆ। CT ਆ ਦੇਖੋ ਡਾਇਗਰਾਮ ਦੇ ਵਿੱਚ ਵੀ CT, ਆ CT ਆ, ਨਾਲ ਐਂਪੀਅਰ ਮੀਟਰ ਲਾਇਆ। ਇਹ ਕੀ ਹੈ, ਸਟੈਪ ਅਪ ਟ੍ਰਾਂਸਫਾਰਮਰ ਆ। ਸਟੈਪ ਅਪ ਕੀ ਕਰਦਾ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜਿੱਥੇ ਵੋਲਟੇਜ ਵੱਧ ਗਈ ਉੱਥੇ ਕਰੰਟ ਘੱਟ ਜਾਣਾ। ਸੋ ਇੱਥੇ ਆਪਾਂ ਕੀ ਕੀਤਾ, ਵੋਲਟੇਜ ਨੂੰ ਵਧਾ ਤਾ, ਕਰੰਟ ਘੱਟ ਗਿਆ, ਜਿਹੜਾ ਘਟਿਆ ਕਰੰਟ ਉਹਨੂੰ ਆਪਾਂ ਐਂਪੀਅਰ ਮੀਟਰ ਨੂੰ ਦਿੱਤਾ। ਤਾਂ ਐਂਪੀਅਰ ਮੀਟਰ ਜੇ ਘੱਟ ਕਰੰਟ ਹੋਇਆ ਤਾਂ ਉਹ ਤਾਂ ਆਪਾਂ ਨੋਰਮਲ ਰੇਟਿੰਗ ਦੇ ਐਂਪੀਅਰ ਮੀਟਰ ਦੇ ਨਾਲ ਕੀ ਕਰ ਸਕਦੇ ਹਾਂ, ਉਹਨੂੰ ਈਜ਼ੀਲੀ ਕਰ ਸਕਦੇ ਹਾਂ, ਯੂਜ਼ ਮੇਅਰ ਕਰ ਸਕਦੇ ਹਾਂ, ਠੀਕ ਆ। ਸੋ ਇੰਸਟਰੂਮੈਂਟ ਟ੍ਰਾਂਸਫਾਰਮਰ ਇੱਕ ਚੀਜ਼ ਯਾਦ ਰੱਖਿਓ, ਕਦੀ ਵੀ ਮੇਅਰ ਨਹੀਂ ਕਰਦੇ। ਹਾਂ, ਮੇਅਰ ਕਰਨ 'ਚ ਹੈਲਪ ਜ਼ਰੂਰ ਕਰਦੇ ਆ। ਕਈ ਵਾਰ ਸਟੂਡੈਂਟ ਕਹਿ ਦਿੰਦੇ ਆ ਵੀ ਇੰਸਟਰੂਮੈਂਟ ਟ੍ਰਾਂਸਫਾਰਮਰ ਆ ਯੂਜ਼ ਟੂ ਮੇਅਰ ਇਲੈਕਟ੍ਰੀਕਲ ਕਰੰਟ ਔਰ ਇਲੈਕਟ੍ਰੀਕਲ ਵੋਲਟੇਜ, ਬਟ ਨਹੀਂ, ਉਹ ਰੋਂਗ ਆ। ਮੇਅਰ ਨਹੀਂ ਕਰਦੇ, ਮੇਅਰ ਕਰਨ 'ਚ ਹੈਲਪ ਕਰਦੇ ਆ, ਠੀਕ ਆ। ਸੋ ਇੰਸਟਰੂਮੈਂਟ ਟ੍ਰਾਂਸਫਾਰਮਰ ਜਿਹੜੇ ਹੁੰਦੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦਾ ਕਰੰਟ ਟ੍ਰਾਂਸਫਾਰਮਰ CT, ਸੈਕਿੰਡ ਹੁੰਦਾ ਪੋਟੈਂਸ਼ੀਅਲ ਟ੍ਰਾਂਸਫਾਰਮਰ PT। ਸਟੱਡੀ ਕਰਦੇ ਹਾਂ ਦੋਨਾਂ ਨੂੰ ਡਿਟੇਲ 'ਚ। ਆਪਾਂ ਸਭ ਤੋਂ ਪਹਿਲਾਂ ਆਪਾਂ ਕਰੰਟ ਟ੍ਰਾਂਸਫਾਰਮਰ ਨੂੰ CT ਨੂੰ ਸਟੱਡੀ ਕਰਦੇ ਹਾਂ। ਸੋ ਆ ਡਾਇਗਰਾਮ ਦੇਖੋ, ਆ ਇਹਦੇ ਵਿੱਚ ਕੀ ਆ, CT ਲੱਗਾ ਹੋਇਆ। ਹੁਣ ਆ CT ਦੀ ਪ੍ਰਾਇਮਰੀ ਵਾਇੰਡਿੰਗ ਆ, ਜਿੱਥੇ ਘੱਟ ਨੰਬਰ ਆਫ ਟਰਨਸ ਆ। ਦੂਸਰੀ ਉਹਦੀ ਸੈਕੰਡਰੀ ਵਾਇੰਡਿੰਗ ਆ, ਜਿੱਥੇ ਜ਼ਿਆਦਾ ਨੰਬਰ ਆਫ ਟਰਨਸ ਆ। ਜੇ ਸੈਕੰਡਰੀ ਦੀਆਂ ਨੰਬਰ ਆਫ ਟਰਨਸ ਜ਼ਿਆਦਾ ਹੋਣ, ਪ੍ਰਾਇਮਰੀ ਦੀਆਂ ਘੱਟ ਹੋਣ, ਤਾਂ ਕਿਹੜਾ ਟ੍ਰਾਂਸਫਾਰਮਰ ਹੁੰਦਾ, ਸਟੈਪ ਅਪ ਟ੍ਰਾਂਸਫਾਰਮਰ ਆ। ਸੋ ਇੱਥੇ ਦੇਖੋ, ਦਾ CTR ਬੇਸਿਕਲੀ ਆਰ ਸਟੈਪ ਅਪ ਟ੍ਰਾਂਸਫਾਰਮਰ। ਦ ਕਨੈਕਸ਼ਨਸ ਆਫ ਐਮੀਟਰ ਆਰ ਯੂਜ਼ਡ ਇਨ ਕੰਜੂਗੇਸ਼ਨ ਵਿਦ ਕਰੰਟ ਟ੍ਰਾਂਸਫਾਰਮਰ ਫੋਰ ਮੇਅਰਮੈਂਟ ਆਫ ਕਰੰਟ ਐਜ਼ ਸ਼ੋਨ ਇਨ ਫਿਗਰ। ਸੋ ਇਹਦੇ ਵਿੱਚ ਕੀ ਆ, ਜਿਹੜਾ CT ਹੁੰਦਾ, ਇਹਨੂੰ ਆਪਾਂ ਕੀ ਕਰਦੇ ਹਾਂ, ਕਨੈਕਸ਼ਨ ਯੂਜ਼ ਕਰਦੇ ਹਾਂ ਐਮੀਟਰ ਦੇ ਨਾਲ। ਬਾਕੀ ਜਿਹੜੀ CT ਹੁੰਦਾ, ਇਹਦੇ ਪ੍ਰਾਇਮਰੀ ਦੀਆਂ ਨੰਬਰ ਆਫ ਟਰਨਸ ਬਹੁਤ ਘੱਟ ਹੁੰਦੀਆਂ, ਠੀਕ ਆ। ਉਹ ਤਾਂ ਓਬਵੀਅਸ ਹੀ ਗੱਲ ਆ ਕਿ ਸਟੈਪ ਅਪ ਟ੍ਰਾਂਸਫਾਰਮਰ ਦਾ ਪ੍ਰਾਇਮਰੀ ਦੀਆਂ ਨੰਬਰ ਆਫ ਟਰਨਸ ਘੱਟ ਹੋਣਗੀਆਂ, ਅਤੇ ਜਿਹੜੀਆਂ ਸੈਕੰਡਰੀ ਦੀਆਂ ਨੰਬਰ ਆਫ ਟਰਨਸ ਆ ਉਹ ਹੀ ਹੋਣਗੀਆਂ, ਜ਼ਿਆਦਾ ਹੋਣਗੀਆਂ। ਅਤੇ ਜਿਹੜਾ ਇਹ ਟ੍ਰਾਂਸਫਾਰਮਰ ਹੁੰਦਾ, ਇਹ ਵਿੱਚ ਯਾਦ ਰੱਖਿਓ, ਹਮੇਸ਼ਾ ਸਰਕਟ ਦੇ ਸੀਰੀਜ਼ ਦੇ ਵਿੱਚ ਰੱਖਦਾ, ਜਿੱਦਾਂ ਡਾਇਗਰਾਮ ਦੇ ਵਿੱਚ ਸ਼ੋ ਕੀਤਾ ਵੀ ਹੋਇਆ। ਆ ਦੇਖੋ, ਆਪਣੇ ਕੋਲ ਇੱਕ ਫੇਸ ਮੰਨ ਲਓ ਆ ਰਿਹਾ, ਤਾਂ ਫੇਸ ਕੀ ਆ, ਇੱਥੋਂ ਫੇਸ ਇਨਕਮਿੰਗ ਆ, ਫੇਸ ਹੀ ਆਊਟਗੋਇੰਗ ਆ। ਇਟ ਮੀਨਸ ਕਿ ਜੇ CT ਜਿਹੜਾ ਹੈ ਹਮੇਸ਼ਾ ਸੀਰੀਜ਼ ਦੇ ਵਿੱਚ ਲੱਗਦਾ, ਇਸੇ ਕਰਕੇ ਇਹਨਾਂ ਨੂੰ ਕਈ ਵਾਰ ਆਪਾਂ ਸੀਰੀਜ਼ ਟ੍ਰਾਂਸਫਾਰਮ
ਉਹਨੂੰ ਆਪਾਂ ਕੀ ਕਰਦੇ ਡਾਇਰੈਕਟਲੀ ਐਮੀਟਰ ਨਾਲ ਲਾਇਆ ਹੁੰਦਾ, ਦੇਖੋ ਡਾਇਗਰਾਮ ਦੇ ਵਿੱਚ ਵੀ ਲਿਖਿਆ ਹੋਇਆ। ਆਪਾਂ ਕੀ ਕੀਤਾ ਡਾਇਰੈਕਟਲੀ ਕੀ ਕੀਤਾ ਉਹਨੂੰ ਐਮੀਟਰ ਦੇ ਨਾਲ ਲਾਤਾ, ਜਿਹੜੀ ਸੈਕੰਡਰੀ ਹੈ ਟਰਾਂਸਫਾਰਮਰ ਦੀ ਜਾਂ ਸੀਟੀ ਦੀ। ਬਾਕੀ ਜਿਹੜਾ ਐਮੀਟਰ ਹੁੰਦਾ ਇਹਦੀ ਬੜੀ ਘੱਟ ਰਜਿਸਟੈਂਸ ਹੁੰਦੀ, ਉਹ ਤਾਂ ਓਬਵੀਅਸਲੀ ਤੁਹਾਨੂੰ ਪਤਾ ਹੀ ਆ ਵੀ ਸੀਰੀਜ਼ 'ਚ ਐਮੀਟਰ ਲੱਗਦਾ ਹਮੇਸ਼ਾ, ਇਸ ਕਰਕੇ ਇਹਦੀ ਜਿਹੜੀ ਹੁੰਦੀ ਆ ਰਜਿਸਟੈਂਸ ਘੱਟ ਹੁੰਦੀ। ਜਿਹੜਾ ਸੀਟੀ ਹੁੰਦਾ ਇਹਨੂੰ ਹਮੇਸ਼ਾ ਜਿਹੜਾ ਸੈਕੰਡਰੀ ਹੁੰਦੀ ਨਾ, ਇਹਦੀ ਸ਼ਾਰਟ ਸਰਕਟ ਹੀ ਆਪਾਂ ਕੰਸਿਡਰ ਕਰਦੇ ਹਾਂ, ਬਿਕੋਜ਼ ਇਹ ਦੇਖੋ ਇਹ ਸਟੈਪ ਅਪ ਟਰਾਂਸਫਾਰਮਰ ਹੁੰਦਾ। ਜੇ ਆਪਾਂ ਇਹਦੀ ਸੈਕੰਡਰੀ ਨੂੰ ਓਪਨ ਕਰ ਦਈਏ ਤਾਂ ਉੱਥੇ ਕੀ ਹੋਣਾ, ਇੰਨੀ ਕੁ ਜ਼ਿਆਦਾ ਈ ਐਮ ਐਫ ਜਿਹੜੀਆਂ ਇੰਡਿਊਸ ਹੋ ਜਾਣੀਆਂ ਕਿ ਉਹ ਜਿਹੜਾ ਆਪਣਾ ਇੱਕ ਸੀਟੀ ਹੁੰਦਾ ਨਾ, ਇਹਨੇ ਸੜ ਜਾਣਾ। ਠੀਕ ਹੈ, ਇਹ ਚੀਜ਼ ਯਾਦ ਰੱਖਿਓ, ਕਈ ਵਾਰ ਕੰਪੀਟੀਟਿਵ ਐਗਜ਼ਾਮ 'ਚ ਵੀ ਕੁਸ਼ਚਨ ਪੁੱਛ ਸਕਦੇ ਆ ਕਿ ਜਿਹੜਾ ਸੀਟੀ ਹੁੰਦਾ ਉਹਦੀ ਸੈਕੰਡਰੀ ਨੂੰ ਹਮੇਸ਼ਾ ਓਪਨ ਸਰਕਟ ਕੰਸਿਡਰ ਕਰਦੇ ਆ, ਸ਼ਾਰਟ ਸਰਕਟ ਕੰਡੀਸ਼ਨ ਕੰਸਿਡਰ ਕਰਦੇ ਆ, ਜਾਂ ਆਲਵੇਜ਼ ਕਨੈਕਟਡ ਟੂ ਸਮ ਇੰਸਟਰੂਮੈਂਟ ਕੰਸਿਡਰ ਕਰਦੇ ਆ। ਸੋ ਜਿਹੜੀ ਸੀਟੀ ਦੀ ਸੈਕੰਡਰੀ ਹੁੰਦੀ ਆ ਇਹਨੂੰ ਆਪਾਂ ਹਮੇਸ਼ਾ ਸ਼ਾਰਟ ਸਰਕਟ ਹੀ ਕੰਡੀਸ਼ਨ ਕਰਦੇ ਹਾਂ, ਕੰਸਿਡਰ ਕਰਦੇ ਹਾਂ ਸੋਰੀ। ਸੋ ਬਿਕੋਜ਼ ਦੇਖੋ ਹੁਣ ਇੱਥੇ ਵੀ ਆਪਾਂ ਐਮੀਟਰ ਲਗਾਇਆ, ਐਮੀਟਰ ਦੀ ਲੋਡ ਰਜਿਸਟੈਂਸ ਹੀ ਹੁੰਦੀ ਆ, ਠੀਕ ਆ। ਸੋ ਇਸ ਕਰਕੇ ਇਹਨੂੰ ਆਪਾਂ ਸ਼ਾਰਟ ਸਰਕਟ ਕੰਸਿਡਰ ਕਰਦੇ ਹਾਂ, ਕਿਉਂਕਿ ਜੇ ਓਪਨ ਕਰਤਾ ਇਹਨੂੰ ਇੱਥੇ ਟਰਮੀਨਲ ਇਹਦੇ ਤਾਂ ਇੱਥੇ ਈ ਐਮ ਐਫ ਇੰਨੀ ਕੁ ਵੋਲਟੇਜ ਜ਼ਿਆਦਾ ਹੋਣ ਕਰਕੇ ਇੰਨੀ ਜ਼ਿਆਦਾ ਈ ਐਮ ਐਫ ਬਣ ਜਾਣੀ ਕਿ ਉਹ ਸੜ ਜਾਣਾ ਆਪਣੇ ਜਿਹੜੇ ਸੀਟੀ ਹੋਣਾ ਉਹਨੇ। ਸੋ ਇਹ ਹੁੰਦਾ ਸੀਟੀ। ਆ ਵੀ ਦੇਖੋ ਆਪਣੇ ਕੋਲ ਹੁਣ ਸੀਟੀ ਦੀਆਂ ਐਗਜ਼ਾਮਪਲ, ਐਕਚੁਅਲ ਦੇ ਵਿੱਚ ਸੀਟੀ ਇੱਦਾਂ ਦਾ ਹੁੰਦਾ, ਦੇਖੋ ਫੇਸ ਇਨਕਮਿੰਗ ਆ, ਫੇਸ ਆਊਟ ਗੋਇੰਗ ਆ। ਸੋ ਇਹ ਸੀਟੀ ਹੁੰਦਾ ਆਪਣੇ ਸਬ ਸਟੇਸ਼ਨ ਦੇ ਉੱਪਰ ਇੰਸਟਾਲ ਹੁੰਦਾ। ਦੈਨ ਆਪਣੇ ਕੋਲ ਕਲੈਂਪੋਨ ਮੀਟਰ ਦੇ ਬਾਰੇ ਤੁਸੀਂ ਸੁਣਿਆ ਹੋਣਾ, ਜਾਂ ਕਲਿੱਪ ਔਨ ਮੀਟਰ ਵੀ ਜਿਹਨੂੰ ਕਹਿ ਦਿੰਦੇ ਆ। ਕਾਲਜ ਮੈਂ ਤੁਹਾਨੂੰ ਦਿਖਾਇਆ ਵੀ ਸੀ, ਕਿਹਾ ਹੋਇਆ ਕਾਫੀ ਵਾਰ ਵੀ ਉਹ ਕਿੱਦਾਂ ਕੰਮ ਕਰਦਾ। ਸੋ ਕਲੈਂਪੋਨ ਮੀਟਰ ਵੀ ਐਕਚੁਅਲ ਦੇ ਵਿੱਚ ਇੱਕ ਤਰ੍ਹਾਂ ਦਾ ਸੀਟੀ ਹੀ ਹੁੰਦਾ, ਜਿਹਨੂੰ ਕੀ ਕਰਦੇ ਆਪਾਂ ਵਾਇਰ ਦੇ ਇੱਦਾਂ ਦੇਖੋ ਆ ਬਾਹਰੋਂ ਅਟੈਚ ਕਰ ਦਿੰਦੇ ਹਾਂ, ਜਿਹੜੀ ਉਹਦੀ ਕੋਰ ਹੁੰਦੀ ਆ, ਅਤੇ ਉਹਦੇ ਵਿੱਚ ਫਿਰ ਕੀ ਹੁੰਦਾ, ਜਿਹੜੀ ਸਟੈਪ ਅਪ ਕਰ ਦਿੰਦੇ ਆਪਾਂ, ਜਿਹੜੀ ਵੋਲਟੇਜ ਹੁੰਦੀ, ਮੈਗਨੈਟਿਕ ਫੀਲਡ ਹੁੰਦਾ ਨਾ, ਇਹਦਾ ਬਾਹਰ ਦੇਖੋ ਜਿੱਥੋਂ ਵੀ ਕਰੰਟ ਫਲੋ ਕਰਨਾ ਉੱਥੇ ਮੈਗਨੈਟਿਕ ਫੀਲਡ ਤਾਂ ਹੋਣਾ ਹੀ ਹੋਣਾ। ਸੋ ਉਹ ਜਿਹੜਾ ਮੈਗਨੈਟਿਕ ਫੀਲਡ ਆ ਆਪਾਂ ਉਹਨੂੰ ਹੀ ਅੱਗੇ ਕੀ ਕਰਦੇ ਹਾਂ, ਸਟੈਪ ਅਪ ਕਰਕੇ ਅਤੇ ਅੱਗੇ ਮੀਟਰ ਦੇ ਨਾਲ ਰੀਡਿੰਗ ਨੋਟ ਕਰ ਲੈਂਦੇ ਹਾਂ ਉਹਦੀ। ਠੀਕ ਹੈ, ਜਿਹੜਾ ਮੀਟਰ ਹੁੰਦਾ ਵਿੱਚ, ਅਤੇ ਇੱਕ ਤਾਰ ਟਾਈਪ ਹੁੰਦੀ, ਇੱਕ ਬਾਰ ਟਾਈਪ ਹੁੰਦਾ। ਬਾਰ ਟਾਈਪ ਦੇ ਵਿੱਚ ਕੀ ਹੁੰਦਾ ਆਪਣੇ ਕੋਲ, ਦੇਖੋ ਇੱਕ ਆਪਣੇ ਕੋਲ ਲੈਮੀਨੇਟਡ ਕੋਰ ਹੁੰਦੀ ਆ ਰਾਊਂਡ, ਠੀਕ ਆ। ਇਹਨੂੰ ਆਪਾਂ ਕੀ ਕਰਦੇ ਹਾਂ, ਇਹਦੇ ਵਿੱਚ ਦੀ ਆਪਾਂ ਕੰਡਕਟਰ ਨੂੰ ਲਗਾਉਂਦੇ ਹਾਂ, ਕਰੰਟ ਕੈਰੀ ਕੰਡਕਟਰ ਨੂੰ, ਅਤੇ ਆਪਾਂ ਨੂੰ ਰੀਡਿੰਗ ਮਿਲ ਜਾਂਦੀ ਅੱਗੇ। ਨੈਕਸਟ ਮੇਰੇ ਕੋਲ ਆਇਆ ਪੀ ਟੀ। ਹੁਣ ਦੇਖੋ ਜਿੱਦਾਂ ਮੇਰੇ ਕੋਲ ਸੀ ਟੀ ਜਿਹੜਾ ਸੀਗਾ ਸਟੈਪ ਅਪ ਟਰਾਂਸਫਾਰਮਰ ਸੀ, ਉਹਦਾ ਜਿਹੜਾ ਪੀ ਟੀ ਹੁੰਦਾ ਸਟੈਪ ਡਾਊਨ ਟਰਾਂਸਫਾਰਮ ਹੁੰਦਾ। ਸਟੈਪ ਡਾਊਨ ਕਿੱਥੋਂ ਪਤਾ ਲੱਗੂਗਾ, ਤਾਂ ਡਾਇਗਰਾਮ ਦੇਖੋ, ਜਿਹੜੀ ਪ੍ਰਾਇਮਰੀ ਆ ਦੀ ਸਾਈਡ 'ਤੇ ਨੰਬਰ ਆਫ ਟਰਨਸ ਕੀ ਹੈ, ਜ਼ਿਆਦਾ। ਸੈਕੰਡਰੀ 'ਤੇ ਨੰਬਰ ਆਫ ਟਰਨਸ ਘੱਟ ਆ, ਸੋ ਇਸ ਕਰਕੇ ਕੀ ਹੋ ਗਿਆ, ਸੈਕੰਡਰੀ 'ਤੇ ਨੰਬਰ ਆਫ ਟਰਨਸ ਘੱਟ ਆ, ਤਾਂ ਇਹ ਸਟੈਪ ਡਾਊਨ ਟਰਾਂਸਫਾਰਮਰ ਹੋ ਗਿਆ। ਸੋ ਜੇ ਆਈਡੈਂਟੀਫਾਈ ਕਰਨਾ ਹੋਵੇ ਤਾਂ ਡਾਇਗਰਾਮ ਤੋਂ ਹੀ ਆਈਡੈਂਟੀਫਾਈ ਕਰ ਸਕਦੇ ਹੋ ਕਿ ਸਟੈਪ ਆਪਾਂ ਕਿ ਸਟੈਪ ਡਾਊਨ ਟਰਾਂਸਫਾਰਮਰ ਆ। ਬਾਕੀ ਪ੍ਰਾਈਮਰੀ ਸੈਕੰਡਰੀ ਦੀ ਜੇ ਗੱਲ ਕਰੀਏ, ਤਾਂ ਜਿਹਨੂੰ ਵੀ ਆਪਾਂ ਜਿਹੜੀ ਵਾਇੰਡਿੰਗ ਨੂੰ ਆਪਾਂ ਸਪਲਾਈ ਦੇ ਦਈਏ ਉਹ ਪ੍ਰਾਈਮਰੀ ਵਾਇੰਡਿੰਗ ਹੁੰਦੀ ਆ, ਅਤੇ ਜਿੱਥੇ ਆਪਾਂ ਲੋਡ ਕਨੈਕਟ ਕਰੀਏ ਉਹ ਸੈਕੰਡਰੀ ਵਾਇੰਡਿੰਗ ਹੁੰਦੀ ਆ। ਸੋ ਪੀ ਟੀ ਕੀ ਆ, ਸਟੈਪ ਡਾਊਨ ਟਰਾਂਸਫਾਰਮਰ ਆ, ਜਿਹਨੂੰ ਆਪਾਂ ਵੋਲਟ ਮੀਟਰ ਦੇ ਨਾਲ ਹਮੇਸ਼ਾ ਕਨੈਕਸ਼ਨ ਕਰਕੇ ਯੂਜ਼ ਕਰਦੇ ਹਾਂ ਵੋਲਟੇਜ ਨੂੰ ਮੇਅਰ ਕਰਨ ਵਾਸਤੇ। ਓਕੇ, ਸੋ ਜਿਹੜਾ ਪ੍ਰਾਇਮਰੀ ਹੁੰਦੀ ਆ ਪੀ ਟੀ ਦੀ, ਇਹਦੇ ਵਿੱਚ ਨੰਬਰ ਆਫ ਟਰਨਸ ਬਹੁਤ ਜ਼ਿਆਦਾ ਹੁੰਦੀਆਂ, ਅਤੇ ਸੈਕੰਡਰੀ ਜਿਹੜੀ ਹੁੰਦੀ ਆ ਇਹਦੇ ਵਿੱਚ ਨੰਬਰ ਆਫ ਟਰਨਸ ਜਿਹੜੀਆਂ ਹੁੰਦੀਆਂ ਉਹ ਘੱਟ ਹੁੰਦੀਆਂ। ਸੋ ਸਟੈਪ ਡਾਊਨ ਟਰਾਂਸਫਾਰਮਰ ਆ, ਅਤੇ ਜਿਹੜਾ ਆਪਣਾ ਲਿਖਿਆ ਵੀ ਹੋਇਆ ਦੇਖੋ, ਤਾਂ ਪ੍ਰਾਇਮਰੀ ਆਫ ਪੀ ਟੀ ਹੈਵ ਲਾਰਜ ਨੰਬਰ ਆਫ ਟਰਨਸ, ਪ੍ਰਾਇਮਰੀ ਇਜ਼ ਕਨੈਕਟਡ ਅਕ੍ਰੋਸ ਦਾ ਲਾਈਨ ਜਨਰਲੀ ਬਿਟਵੀਨ ਲਾਈਨ ਐਂਡ ਅਰਥ। ਓਕੇ, ਸੋ ਹੈਂਸ ਸਮਟਾਈਮ ਦਿਸ ਟਰਾਂਸਫਾਰਮ ਇਜ਼ ਆਲਸੋ ਕਾਲਡ ਪੈਰਲਲ ਟਰਾਂਸਫਾਰਮਰ। ਸੋ ਇੱਕ ਆ ਦੇਖੋ ਲਾਈਨ ਦੇ ਵਿੱਚ ਲੱਗ ਜਾਂਦਾ, ਇੱਕ ਜਿਹੜਾ ਅਰਥ ਜਾਂ ਨਿਊਟਰਲ ਦੇ ਵਿੱਚ ਟਰਮੀਨਲ ਲੱਗ ਜਾਂਦਾ ਇਹਦਾ, ਇੱਕ ਟਰਮੀਨਲ ਲਾਈਨ ਦੇ ਵਿੱਚ ਅਤੇ ਇੱਕ ਨਿਊਟਰਲ ਦੇ ਵਿੱਚ ਲੱਗ ਜਾਂਦਾ। ਸੋ ਨਿਊਟਰਲ ਨੂੰ ਉਹਨੇ ਅਰਥ ਕਿਹਾ ਹੋਇਆ, ਜਨਰਲੀ ਬਿਟਵੀਨ ਲਾਈਨ ਐਂਡ ਅਰਥ। ਸੈਕੰਡਰੀ ਆਫ ਪੀ ਟੀ ਹੈਵ ਫਿਊ ਨੰਬਰ ਆਫ ਟਰਨਸ ਕਨੈਕਟਡ ਡਾਇਰੈਕਟਲੀ ਟੂ ਦਾ ਵੋਲਟ ਮੀਟਰ। ਸੋ ਘੱਟ ਨੰਬਰ ਆਫ ਟਰਨਸ ਹੁੰਦੀਆਂ ਸੈਕੰਡਰੀ 'ਚ, ਅਤੇ ਡਾਇਰੈਕਟਲੀ ਕਿਹਦੇ ਨਾਲ ਕਨੈਕਟ ਹੁੰਦੀਆਂ ਇਹ, ਵੋਲਟ ਮੀਟਰ ਦੇ ਨਾਲ ਕਨੈਕਟਡ ਹੁੰਦੀਆਂ। ਸੋ ਜਿਹੜਾ ਵੋਲਟ ਮੀਟਰ ਹੁੰਦਾ ਇਹਦੀ ਹਾਈ ਰਜਿਸਟੈਂਸ ਹੁੰਦੀ ਆ, ਇਹਦੀ ਕੀ ਹੁੰਦੀ ਆ, ਹਾਈ ਰਜਿਸਟੈਂਸ ਹੁੰਦੀ ਆ, ਯਾਦ ਰੱਖਿਓ। ਜਿਹੜਾ ਸੈਕੰਡਰੀ ਹੋ ਗਈ ਇਹਦੀ ਕੀ ਹੁੰਦੀ ਆ, ਹਾਈ ਰਜਿਸਟੈਂਸ ਹੁੰਦੀ ਆ। ਸੋ ਵੋਲਟ ਮੀਟਰ ਵੀ ਜਿਹੜਾ ਲਗਾਇਆ ਉਹਦੀ ਵੀ ਰਜਿਸਟੈਂਸ ਜਿਹੜੀ ਹੁੰਦੀ ਹਮੇਸ਼ਾ ਜ਼ਿਆਦਾ ਹੁੰਦੀ ਨਾ, ਕਿਉਂਕਿ ਜੇ ਵੋਲਟ ਮੀਟਰ ਹਮੇਸ਼ਾ ਪੈਰਲ 'ਚ ਕਨੈਕਟ ਹੁੰਦਾ, ਜੇ ਵੋਲਟ ਮੀਟਰ ਦੀ ਰਜਿਸਟੈਂਸ ਘੱਟ ਹੋਊਗੀ ਤਾਂ ਕਰੰਟ ਆਲਵੇਜ਼ ਚੂਜ਼ ਲੋਅ ਰਜਿਸਟੈਂਸ ਪਾਸ, ਸੋ ਵੋਲਟ ਮੀਟਰ 'ਤੇ ਸਾਰਾ ਕਰੰਟ ਆ ਜਾਣਾ, ਵੋਲਟ ਮੀਟਰ ਸੜ ਜਾਣਾ। ਇਸ ਕਰਕੇ ਜਿਹੜੀ ਵੋਲਟ ਮੀਟਰ ਹੁੰਦਾ ਉਹਦੀ ਰਜਿਸਟੈਂਸ ਵਿੱਚ ਆਪਾਂ ਹਾਈ ਹੀ ਰੱਖਦੇ ਹੁੰਦੇ ਹਾਂ। ਸੋ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸੈਕੰਡਰੀ ਹੁੰਦੀ ਆ ਪੀ ਟੀ ਦੀ, ਉਹਨੂੰ ਹਮੇਸ਼ਾ ਆਪਾਂ ਕੀ ਕਰਨਾ, ਓਪਨ ਸਰਕਟ ਹੀ ਰੱਖਣਾ, ਕਿਉਂਕਿ ਜੇ ਇਹਨੂੰ ਆਪਾਂ ਦੇਖੋ ਜਿੱਥੇ ਵੋਲਟੇਜ ਵਕਟ ਹੀ ਆ, ਸਟੈਪ ਡਾਊਨ ਟਰਾਂਸਫਾਰਮਰ ਆ, ਜੇ ਇੱਥੇ ਆਪਾਂ ਸਟੈਪ ਡਾਊਨ ਦਾ ਮਤਲਬ ਕਿ ਜਿਹੜੀ ਸੈਕੰਡਰੀ ਸਾਈਡ ਆ ਇੱਥੇ ਵੋਲਟੇਜ ਕੀ ਆ, ਘੱਟ ਆ, ਬਟ ਵੋਲਟੇਜ ਘੱਟ ਦਾ ਕੀ ਮਤਲਬ ਆ ਕਿ ਇੱਥੇ ਕਰੰਟ ਜ਼ਿਆਦਾ ਹੋਊਗਾ। ਸੋ ਜੇ ਆਪਾਂ ਸ਼ਾਰਟ ਕਰਤਾ ਤਾਂ ਕੀ ਹੋਊਗਾ, ਸ਼ਾਰਟ ਸਰਕਟ ਹੋ ਫੋਲਟ ਹੀ ਹੋ ਗਿਆ ਇੱਕ ਤਰ੍ਹਾਂ। ਇੱਥੇ ਜੇ ਆਪਾਂ ਨੇ ਸ਼ਾਰਟ ਕਰਤਾ ਤਾਂ ਕੀ ਆ, ਜਿਹੜੀ ਵਾਇੰਡਿੰਗ ਆ ਮੇਰੀ ਇਹ ਡੈਮੇਜ ਹੋ ਜਾਣੀ ਆ, ਕਿਉਂਕਿ ਕਰੰਟ ਦੀ ਵੈਲਿਊ ਇੱਥੇ ਜ਼ਿਆਦਾ। ਔਨ ਅਦਰ ਹੈਂਡ ਜੇ ਆਪਾਂ ਪੀ ਟੀ ਦੀ ਗੱਲ ਕਰੀਏ ਤਾਂ ਪੀ ਟੀ ਦੇਖੋ, ਪੀ ਟੀ ਦੇ ਵਿੱਚ ਵੋਲਟੇਜ ਜ਼ਿਆਦਾ ਸੀ ਬਟ ਇੱਥੇ ਕਰੰਟ ਘੱਟ ਆ, ਕਿਉਂਕਿ ਸਟੈਪ ਅਪ ਟਰਾਂਸ
ਲਿਖਿਆ ਵੀ ਹੋਇਆ ਹੈਜ਼ ਦ ਸੈਕੰਡਰੀ ਆਫ ਪੀਟੀ ਓਪਰੇਟਡ ਆਲਮੋਸਟ ਇਨ ਓਪਨ ਸਰਕਟਡ ਕੰਡੀਸ਼ਨਸ ਵਨ ਟਰਮੀਨਲ ਆਫ ਸੈਕੰਡਰੀ ਆਫ ਪੀਟੀ ਇਜ਼ ਅਰਥਡ ਇੱਕ ਟਰਮੀਨਲ ਜਿਹੜਾ ਨਾ ਇੱਥੇ ਅਰਥ ਕੀਤਾ ਹੁੰਦਾ ਇੱਥੇ ਡਰਾਅ ਕਰ ਲਿਓ ਚਾਹੇ ਤੁਸੀਂ ਜਿਹੜਾ ਇੱਕ ਟਰਮੀਨਲ ਆ ਇੱਥੇ ਮੈਂ ਕੀ ਕੀਤਾ ਹੁੰਦਾ ਪੀਟੀ ਦਾ ਹਮੇਸ਼ਾ ਅਰਥ ਕੀਤਾ ਹੁੰਦਾ ਇੱਕ ਟਰਮੀਨਲ ਦਾ ਸੋ ਵਨ ਟਰਮੀਨਲ ਆਫ ਸੈਕੰਡਰੀ ਆਫ ਪੀਟੀ ਇਜ਼ ਅਰਥਡ ਟੂ ਮੇਨਟੇਨ ਦਾ ਸੈਕੰਡਰੀ ਵੋਲਟੇਜ ਵਿਦ ਰਿਸਪੈਕਟ ਟੂ ਅਰਥ ਵਿਚ ਇਨਸ਼ੋਰ ਦਾ ਸੇਫਟੀ ਆਫ ਓਪਰੇਟਰ ਸੈਕੰਡਰੀ ਆਫ ਪੀਟੀ ਵਿਲ ਆਲਵੇਜ ਬੀ ਕੰਸਿਡਰਡ ਓਪਨ ਸਰਕਟਡ ਠੀਕ ਆ ਇਹਨੂੰ ਕਰੈਕਟ ਕਰ ਲਈਏ ਔਨ ਪੈਨ ਸਰਕਟ ਨਹੀਂ ਓਪਨ ਸਰਕਟਡ ਇਫ ਦਾ ਸੈਕੰਡਰੀ ਆਫ ਪੀਟੀ ਵਿਲ ਬੀ ਸ਼ਾਰਟ ਸਰਕਟਡ ਦੈਨ ਇਟ ਵਿਲ ਡੈਮੇਜ ਦਾ ਵਾਇੰਡਿੰਗ ਠੀਕ ਆ ਬਿਕੋਜ ਪੀਟੀ ਇਜ ਸਟੈਪ ਅਪ ਟ੍ਰਾਂਸਫਾਰਮਰ ਸੋ ਦਾ ਵੈਲਿਊ ਆਫ ਕਰੰਟ ਇਜ਼ ਹਾਇਰ ਔਨ ਸੈਕੰਡਰੀ ਸਾਈਡ ਵਿਦ ਰਿਸਪੈਕਟ ਟੂ ਪ੍ਰਾਇਮਰੀ ਸਾਈਡ ਸੋ ਇਹਦੀ ਜਿਹੜੀ ਸੈਕੰਡਰੀ ਸਾਈਡ ਹੁੰਦੀ ਹੈ ਇਹਨੂੰ ਹਮੇਸ਼ਾ ਆਪਾਂ ਕੀ ਕਰਦੇ ਹਾਂ ਓਪਨ ਸਰਕਟ ਕੰਸਿਡਰ ਕਰਦੇ ਹਾਂ ਜੇ ਸ਼ਾਰਟ ਸਰਕਟ ਕਰਾਂਗੇ ਤਾਂ ਉਹ ਸੜ ਜੂਗੀ ਕਿਉਂ ਸੜ ਜੂ ਕਿਉਂਕਿ ਸਟੈਪ ਅਪ ਟ੍ਰਾਂਸਫਾਰਮਰ ਹੈ ਨਾ ਸਟੈਪ ਡਾਊਨ ਸੋਰੀ ਟ੍ਰਾਂਸਫਾਰਮਰ ਆ ਵੋਲਟੇਜ ਨੂੰ ਡਾਊਨ ਕਰ ਦਿੰਦਾ ਯਾਨੀ ਕਿ ਸੈਕੰਡਰੀ ਤੇ ਵੋਲਟੇਜ ਘੱਟ ਆ ਸੈਕੰਡਰੀ ਤੇ ਵੋਲਟੇਜ ਘੱਟ ਆ ਤਾਂ ਉਹਦੇ ਰਿਸਪੈਕਟ 'ਚ ਜਿਹੜਾ ਕਰੰਟ ਦੀ ਵੈਲਿਊ ਹੋਣੀ ਆ ਉੱਥੇ ਬਹੁਤ ਜ਼ਿਆਦਾ ਵੱਧ ਜਾਣੀ ਆ ਸੋ ਜੇ ਸ਼ਾਰਟ ਕਰਤਾ ਤਾਂ ਉਹਨੇ ਸੜ ਜਾਣਾ ਨੈਕਸਟ ਬੜਾ ਇੰਪੋਰਟੈਂਟ ਆ ਇਹ ਟੋਪਿਕ ਐਗਜ਼ਾਮਸ ਆ ਜਾਂਦਾ ਇਹ ਹਰ ਵਾਰ ਕਿ ਸੀ ਟੀ ਅਤੇ ਪੀ ਟੀ 'ਚ ਡਿਫਰੈਂਸ ਕੀ ਹੁੰਦਾ ਸੋ ਸੀ ਟੀ ਅਤੇ ਪੀ ਟੀ ਦਾ ਡਿਫਰੈਂਸ ਆਪਾਂ ਸਟੱਡੀ ਕਰਨਾ ਪੁਆਇੰਟ ਬਾਏ ਪੁਆਇੰਟ ਸੋ ਸਭ ਤੋਂ ਪਹਿਲਾਂ ਸੀ ਟੀ ਦੇਖਦੇ ਹਾਂ ਸੀ ਟੀ ਕੀ ਹੁੰਦਾ ਸੀਰੀਜ਼ ਦੇ ਵਿੱਚ ਕਨੈਕਟ ਹੁੰਦਾ ਅਤੇ ਜਿਹੜਾ ਪੀ ਟੀ ਕਿਹ 'ਚ ਹੁੰਦਾ ਪੈਰਲ ਦੇ ਵਿੱਚ ਕਨੈਕਟ ਹੁੰਦਾ ਸਰਕਟ 'ਚ ਜਿਹੜਾ ਸੀ ਟੀ ਦੀ ਸੈਕੰਡਰੀ ਹੁੰਦੀ ਉੱਥੇ ਹਮੇਸ਼ਾ ਐਮੀਟਰ ਲੱਗਾ ਹੁੰਦਾ ਦੇਖੋ ਸੀ ਟੀ ਦੀ ਜਿਹੜੀ ਸੈਕੰਡਰੀ ਹੈ ਅਤੇ ਐਮੀਟਰ ਲੱਗਾ ਹੁੰਦਾ ਅਤੇ ਪੀ ਟੀ ਦੀ ਸੈਕੰਡਰੀ 'ਤੇ ਹਮੇਸ਼ਾ ਕੀ ਲੱਗਾ ਹੁੰਦਾ ਵੋਲਟਮੀਟਰ ਲੱਗਾ ਹੁੰਦਾ ਅਤੇ ਪੀ ਟੀ ਜਿਹੜਾ ਫਸਟ ਪੁਆਇੰਟ ਸੀਗਾ ਪੀ ਟੀ ਪੈਰਲ 'ਚ ਕਨੈਕਟ ਹੁੰਦਾ ਅਤੇ ਸੀ ਟੀ ਸੀਰੀਜ਼ 'ਚ ਕਨੈਕਟ ਹੁੰਦਾ ਇਹ ਡਾਇਗਰਾਮ ਵੀ ਤੁਸੀਂ ਡਰੋਅ ਕਰ ਸਕਦੇ ਹਾਂ ਆ ਜਿਹੜੀ ਉੱਪਰ ਵਾਲੀ ਜਗ੍ਹਾ ਨਾ ਇੱਥੇ ਤੁਸੀਂ ਡਾਇਗਰਾਮ ਵੀ ਡਰੋਅ ਕਰ ਸਕਦੇ ਹਾਂ ਆਪਣੀ ਰੈਫਰੈਂਸ ਵਾਸਤੇ ਜਿਹੜੀ ਸੀ ਟੀ ਦੀ ਸੈਕੰਡਰੀ ਹੁੰਦੀ ਹੈ ਹਮੇਸ਼ਾ ਕੀ ਹੈ ਸ਼ਾਰਟ ਸਰਕਟ ਕੰਡੀਸ਼ਨ ਦੀ ਤਰ੍ਹਾਂ ਐਕਟ ਕਰਦੀ ਹੈ ਕਿਉਂਕਿ ਐਮੀਟਰ ਲੱਗਾ ਐਮੀਟਰ ਦੀ ਰਜਿਸਟੈਂਸ ਘੱਟ ਹੁੰਦੀ ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸੈਕੰਡਰੀ ਹੁੰਦੀ ਸੀ ਟੀ ਦੀ ਹਮੇਸ਼ਾ ਕੀ ਕਰਦੀ ਹੈ ਸ਼ਾਰਟ ਸਰਕਟ ਐਕਟ ਕਰਦੀ ਹੈ ਉਹੀ ਜੇ ਮੈਂ ਪੀ ਟੀ ਦੀ ਗੱਲ ਕਰਦਾ ਤਾਂ ਪੀ ਟੀ ਦੀ ਸੈਕੰਡਰੀ ਹਮੇਸ਼ਾ ਓਪਨ ਸਰਕਟ ਐਕਟ ਕਰਦੀ ਹੈ ਬਿਕੋਜ਼ ਪੀ ਟੀ ਦੇ ਆਪਾਂ ਸੈਕੰਡਰੀ ਸਾਈਡ 'ਤੇ ਵੋਲਟਮੀਟਰ ਲਗਾਇਆ ਹੁੰਦਾ ਨਾ ਵੋਲਟਮੀਟਰ ਦੀ ਜਿਹੜੀ ਰਜਿਸਟੈਂਸ ਹੁੰਦੀ ਬਹੁਤ ਜ਼ਿਆਦਾ ਹੁੰਦੀ ਇਸ ਕਰਕੇ ਉਹਨੂੰ ਆਪਾਂ ਕੀ ਕਰਦੇ ਹਾਂ ਓਪਨ ਸਰਕਟ ਕੰਸਿਡਰ ਕਰਦੇ ਹਾਂ ਫੋਰਥ ਪੁਆਇੰਟ ਹੈ ਇਹਦਾ ਪ੍ਰਾਇਮਰੀ ਕਰੰਟ ਡਿਪੈਂਡ ਅਪੋਨ ਪਾਵਰ ਸਰਕਟ ਕਰੰਟ ਠੀਕ ਹੈ ਯਾਨੀ ਕਿ ਜਿਹੜਾ ਪ੍ਰਾਇਮਰੀ 'ਚ ਕਰੰਟ ਆ ਉਹ ਕਿਤੇ ਡਿਪੈਂਡ ਕਰੂਗਾ ਪਾਵਰ ਸਰਕਟ ਦੇ ਉੱਪਰ ਡਿਪੈਂਡ ਕਰੂਗਾ ਪਾਵਰ ਸਰਕਟ ਕਰੰਟ 'ਤੇ ਡਿਪੈਂਡ ਕਰੂਗਾ ਪੀ ਟੀ ਦੇ ਕੇਸ 'ਚ ਕੀ ਆ ਪੀ ਟੀ ਪ੍ਰਾਇਮਰੀ ਕਰੰਟ ਡਿਪੈਂਡ ਅਪੋਨ ਦਾ ਸੈਕੰਡਰੀ ਬਰਡਨ ਇਹਦਾ ਕੀ ਮਤਲਬ ਯਾਨੀ ਕਿ ਜਿਹੜਾ ਸੀ ਟੀ ਦੇਖੋ ਸੀ ਟੀ ਜਿਹੜਾ ਹੁੰਦਾ ਨਾ ਸੀਰੀਜ਼ ਦੇ ਵਿੱਚ ਕਨੈਕਟ ਹੁੰਦਾ ਸੀਰੀਜ਼ 'ਚ ਕਨੈਕਟ ਹੋਣ ਕਰਕੇ ਕੀ ਆ ਜਿੰਨਾ ਮੇਰੇ ਕੋਲ ਲੋਡ ਦੇ ਵਿੱਚ ਕਰੰਟ ਜਾ ਰਿਹਾ ਆ ਉੰਨਾ ਹੀ ਪ੍ਰਾਇਮਰੀ ਸੀ ਟੀ ਦੀ ਪ੍ਰਾਇਮਰੀ 'ਤੇ ਕਰੰਟ ਹੋਊਗਾ ਠੀਕ ਆ ਜਿੰਨਾ ਲੋਡ ਨੂੰ ਕਰੰਟ ਜਾ ਰਿਹਾ ਉੰਨਾ ਹੀ ਪ੍ਰਾਇਮਰੀ ਦੇ ਉੱਪਰ ਕਰੰਟ ਹੋਊਗਾ ਠੀਕ ਹੈ ਬਟ ਜੇ ਮੈਂ ਪੀ ਟੀ ਦੀ ਗੱਲ ਕਰਾਂ ਪੀ ਟੀ ਪੈਰਲ 'ਚ ਕਨੈਕਟ ਹੁੰਦਾ ਠੀਕ ਆ ਸੋ ਇਸ ਕਰਕੇ ਜਿਹੜਾ ਪੀ ਟੀ ਆ ਉਹਦੇ ਪ੍ਰਾਇਮਰੀ ਦਾ ਕਰੰਟ ਡਿਪੈਂਡ ਕਰੂਗਾ ਕਿ ਸੈਕੰਡਰੀ ਦੇ ਉੱਪਰ ਕਿੰਨਾ ਬਰਡਨ ਹੈ ਯਾਨੀ ਕਿ ਉਹਦੀ ਸੈਕੰਡਰੀ ਸਾਈਡ 'ਤੇ ਕਿੰਨਾ ਲੋਡ ਪਾਇਆ ਸੋ ਸੈਕੰਡਰੀ ਸਾਈਡ 'ਤੇ ਜਿਹੜੀ ਹੁੰਦਾ ਲੋਡ ਇੰਨਾ ਜ਼ਿਆਦਾ ਨਹੀਂ ਹੁੰਦਾ ਇਹ ਸਿਰਫ ਵੋਲਟਮੀਟਰ ਹੀ ਲੱਗਾ ਹੁੰਦਾ ਇਸ ਕਰਕੇ ਜਿਹੜਾ ਪੀ ਟੀ ਹੁੰਦਾ ਨਾ ਇਹਦਾ ਕਰੰਟ ਜਿਹੜਾ ਹੁੰਦਾ ਕੋਂਸਟੈਂਟ ਰਹਿੰਦਾ ਯਾਦ ਰੱਖਿਓ ਹਮੇਸ਼ਾ ਜਿਹੜਾ ਪੀ ਟੀ ਹੁੰਦਾ ਇਹਦੇ ਵਿੱਚ ਕਰੰਟ ਕੋਂਸਟੈਂਟ ਰਹਿੰਦਾ ਬਟ ਸੀ ਟੀ 'ਚ ਵੇਰੀ ਕਰਦਾ ਡਾਇਗਰਾਮ 'ਚ ਤੁਹਾਨੂੰ ਦਿਖਾ ਦੇਣਾ ਦੇਖੋ ਸੀ ਟੀ ਜਿਹੜਾ ਹੁੰਦਾ ਇਹ 'ਚ ਕਰੰਟ ਵੇਰੀ ਕਰਦਾ ਕਿਉਂ ਵੇਰੀ ਕਰਦਾ ਕਿਉਂਕਿ ਆ ਦੇਖੋ ਸੀਰੀਜ਼ 'ਚ ਲੱਗਾ ਨਾ ਅੱਗੇ ਲੋਡ ਜਾ ਰਿਹਾ ਸੋ ਜਿਹੜਾ ਇੱਥੋਂ ਕਰੰਟ ਜਾ ਰਿਹਾ ਉਹ ਕਿਹੜਾ ਕਰੰਟ ਆ ਉਹ ਲੋਡ ਕਰੰਟ ਆ ਕਿਹੜਾ ਕਰੰਟ ਆ ਉਹ ਲੋਡ ਕਰੰਟ ਆ ਸੋ ਜਿੰਨਾ ਲੋਡ ਦਾ ਕਰੰਟ ਜ਼ਿਆਦਾ ਹੋਊਗਾ ਉਨਾ ਸੀ ਟੀ 'ਚ ਕਰੰਟ ਜ਼ਿਆਦਾ ਹੋਊਗਾ ਬਟ ਜੇ ਮੈਂ ਪੀ ਟੀ ਦੀ ਗੱਲ ਕਰਾਂ ਪੀ ਟੀ ਪੈਰਲ 'ਚ ਲੱਗਾ ਪੀ ਟੀ ਕੀ ਆ ਇੰਡੀਪੈਂਡੈਂਟ ਆ ਪੈਰਲ 'ਚ ਲੱਗਾ ਸੋ ਇਹਦੇ ਵਿੱਚ ਜਿਹੜਾ ਪ੍ਰਾਇਮਰੀ 'ਚ ਕਰੰਟ ਹੋਊਗਾ ਸੈਕੰਡਰੀ ਦੇ ਕਿੰਨਾ ਬਰਡਨ ਪਾਇਆ ਆਪਾਂ ਉੱਥੇ ਡਿਪੈਂਡ ਕਰੂਗਾ ਜੇ ਆਪਾਂ ਇੱਥੇ ਕੋਈ ਹੋਰ ਲੋਡ ਪਾਤਾ ਤਾਂ ਇੱਥੇ ਕੀ ਹੋਊਗਾ ਕਰੰਟ ਜ਼ਿਆਦਾ ਹੋ ਜੂਗਾ ਸੋ ਉਹ ਆ ਇਸ ਪੁਆਇੰਟ ਦਾ ਮਤਲਬ ਫੋਰਥ ਪੁਆਇੰਟ ਦਾ ਨੈਕਸਟ ਕੀ ਆ ਪ੍ਰਾਇਮਰੀ ਕਰੰਟ ਸੀ ਟੀ ਦੇ ਵਿੱਚ ਪ੍ਰਾਇਮਰੀ ਕਰੰਟ ਐਂਡ ਐਕਸਾਈਟੇਸ਼ਨ ਵੇਰੀ ਓਵਰ ਵਾਈਡ ਰੇਂਜ ਵਿਦ ਚੇਂਜ ਆਫ ਪਾਵਰ ਸਰਕਟ ਕਰੰਟ ਸੋ ਪ੍ਰਾਇਮਰੀ ਦਾ ਜਿਹੜਾ ਕਰੰਟ ਆ ਉਹ ਕੀ ਹੋਊਗਾ ਬਹੁਤ ਵਾਈਡ ਰੇਂਜ 'ਚ ਵੇਰੀ ਕਰੂਗਾ ਕਿਉਂ ਵੇਰੀ ਕਰੂਗਾ ਕਿਉਂਕਿ ਲੋਡ ਕਰੰਟ 'ਤੇ ਡਿਪੈਂਡ ਕਰਦਾ ਪ੍ਰਾਇਮਰੀ ਦਾ ਕਰੰਟ ਬਟ ਪੀ ਟੀ ਦਾ ਕੀ ਆ ਪੀ ਟੀ ਦਾ ਜਿਹੜਾ ਪ੍ਰਾਇਮਰੀ ਕਰੰਟ ਆ ਉਹ ਕੋਂਸਟੈਂਟ ਰਹੂਗਾ ਠੀਕ ਆ ਕਿਉਂ ਕੋਂਸਟੈਂਟ ਰਹੂਗਾ ਜਾਂ ਫਿਰ ਉਹਨੇ ਲਿਖਿਆ ਰਿਸਟ੍ਰਿਕਟਡ ਟੂ ਸਮਾਲ ਰੇਂਜ ਕਿਉਂਕਿ ਕੋਂਸਟੈਂਟ ਇਸ ਕਰਕੇ ਰਹਿਣਾ ਕਿਉਂਕਿ ਪੀ ਟੀ ਪੈਰਲ 'ਚ ਕਨੈਕਟ ਹੁੰਦਾ ਅਤੇ ਪੈਰਲ ਦੇ ਵਿੱਚ ਕੀ ਆਪਾਂ ਸਿਰਫ ਉਹਦੇ ਸੈਕੰਡਰੀ ਸਾਈਡ ਦੇ ਵੋਲਟਮੀਟਰ ਹੀ ਲਗਾਇਆ ਹੋਇਆ ਅਤੇ ਵੋਲਟਮੀਟਰ ਤੋਂ ਇਲਾਵਾ ਆਪਾਂ ਹੋਰ ਕੁਛ ਲਗਾਉਂਦੇ ਵੀ ਨਹੀਂ ਇਸ ਕਰਕੇ ਇਹਦਾ ਜਿਹੜਾ ਕਰੰਟ ਹੁੰਦਾ ਨਾ ਰਿਸਟ੍ਰਿਕਟਡ ਟੂ ਸਮਾਲ ਰੇਂਜ ਹੁੰਦਾ ਰਿਸਟ੍ਰਿਕਟਡ ਦਾ ਮਤਲਬ ਹੈ ਕਿ ਜਿੰਨਾ ਆਪਾਂ ਵੋਲਟਮੀਟਰ ਦਾ ਸਾਈਜ਼ ਲਾਇਆ ਉਹਦੇ 'ਤੇ ਡਿਪੈਂਡ ਕਰੂਗਾ ਪ੍ਰਾਇਮਰੀ 'ਤੇ ਕਿੰਨਾ ਕਰੰਟ ਹੋਣਾ ਆਪਣੇ ਕੋਲ ਨੈਕਸਟ ਮੇਰੇ ਕੋਲ ਸੀ ਟੀ ਦੇ ਸਿਕਸਥ ਪੁਆਇੰਟ ਆ ਜਾਂਦਾ ਵਨ ਟਰਮੀਨਲ ਆਫ ਸੈਕੰਡਰੀ ਇਜ਼ ਅਰਥ ਟੂ ਅਵੋਇਡ ਦਾ ਇੰਸੂਲੇਸ਼ਨ ਬ੍ਰੇਕਡਾਊਨ ਯਾਨੀ ਕਿ ਸਿਟੀ ਦੇ ਵਿੱਚ ਕੀ ਹੈ ਜਿਹੜਾ ਸੈਕੰਡਰੀ ਦਾ ਇੱਕ ਟਰਮੀਨਲ ਹੁੰਦਾ ਉਹਨੂੰ ਆਪਾਂ ਅਰਥ ਕੀਤਾ ਹੁੰਦਾ ਇੰਸੂਲੇਸ਼ਨ ਬ੍ਰੇਕਡਾਊਨ ਤੋਂ ਬਚਾਉਣ ਵਾਸਤੇ ਅਤੇ ਜਿਹੜਾ ਪੀ ਟੀ ਹੁੰਦਾ ਪੀ ਟੀ 'ਚ ਵੀ ਇੱਕ ਟਰਮੀਨਲ ਹਮੇਸ਼ਾ ਅਰਥ ਕੀਤਾ ਹੁੰਦਾ ਸੇਫਟੀ ਦੇ ਵਾਸਤੇ ਤਾਂ ਉਹਨਾਂ ਦੇ ਵਿੱਚ ਇੱਕ ਇੱਕ ਟਰਮੀਨਲ ਹੁੰਦਾ ਦੇਖੋ ਇੱਥੇ ਡਰਾਅ ਕੀਤਾ ਸਿਮੀਲਰਲੀ ਤੁਸੀਂ ਆਪਣਾ ਇੱਥੇ
बाकी सिटी दे विच जिहड़ी सेकेंडरी आ उहनूं हमेशा आपां कदी वी जिहड़ा ओपन सर्किट नहीं करदे, सिटी दी सेकेंडरी नूं हमेशा कदी वी ओपन सर्किट नहीं करदे। उह तुहानूं दस्सिया वी आ रीज़न वी की रीज़न हुंदा क्यों नहीं ओपन सर्किट करदे, क्योंकि जिहड़ी सेकेंडरी हुंदी आ सिटी दे उत्थे की आ वोल्टेज दी वैल्यू बहुत ज़्यादा हुंदी आ, जे आपां उहनूं ओपन करता ई एम एफ ज़्यादा इंड्यूस होनी जिहदे करके जिहड़ा मेरा सिटी होणा उहने सड़ जाणा। वैसे वी जिहड़े नो लोड लॉसिज होणे आ स्टैप अप ट्रांसफार्मर दे विच उह वी बहुत ज़्यादा वध जाणे आ, जिहदे करके की आ जिहड़ी कोर हुंदी आ ना सिटी दी उह बहुत ज़्यादा हीटअप हो जाणी आ। सो कोर जदों बहुत ज़्यादा हीटअप होगी तां ऑटोमैटिकली कोर ने की होणा डैमेज हो जाणा। नैक्सट पी टी, जिहड़ी पी टी दी सेकेंडरी हुंदी आ इहनूं हमेशा आपां की करदे आ ओपन सर्किट कंसीडर करदे आ। क्यों ओपन सर्किट कंसीडर करते हैं, क्योंकि ये उपर की आ वोल्टेज जी होंगी घट्ट होंगी है, जे आप शॉर्ट कर दीए तो की होगा इन्हें सड़ जाना, क्योंकि वोल्टेज घट आ करंट की वैल्यू बढ़ जानी है। ठीक है, सो ये अपना डिफरेंस है सिटी तो पी टी का। बाकी आ यूज देखो जो आप पावर मेयर करना तो सिटी पी टी कि यूज़ करना वो डायग्राम लिखा हुआ। देखो आ मेरे को सिटी आ, कि पता लगा सिटी आ, क्योंकि ये स्टैप अप ट्रांसफॉर्मर आते दूसरा सीरीज लगा। आ पी टी आ, कि पता लगा पी टी आ, क्योंकि एक सब तो पहले तो स्टैप डाउन ट्रांसफॉर्मर आते दूसरा ये पैरल दे विच लगा हुआ। ठीक है, सो आदरों सी टी की करंट कोयल आ गई, तो जिहड़ा मेरे को पोटेंशियल ट्रांसफार्मर पी टी है ये की आ गई पोटेंशियल कोयल आ गई। सो दोनों कोयल्स के कॉम्बीनेशन के नाल आपां की है एक वाटमीटर भी बना सकते हैं। सो ये सी टी पी पावर मेयरमेंट वास्ते यूज़ किया। सो ये अपना चैप्टर जो आप स्टडी किया। ठीक है, तो नोट्स वगैरह तुम ये सी टी पी टी तो जरूर बनाइए, इंस्ट्रूमेंटल ट्रांसफार्मर के बड़ा इंपॉर्टेंट टॉपिक आ ये, तो जो कोई भी डाउट हो पुछ लियो। थैंक यू।